SVL ਦਾ ਮੁੱਦਾ ਗਰਮਾਏ ਚਾਹੇ ਠੰਡਾ ਹੋ ਜਾਏ ਪਰ ਪੰਜਾਬ ਦੇ ਪਾਣੀ ਦੀ ਇੱਕ ਵੀ ਬੂੰਦ ਪਾਰ ਨਹੀਂ ਜਾਵੇਗੀ। ਅਜਿਹਾ ਕਹਿਣਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ, ਜੋ ਕਿ ਅੱਜ ਨਾਭਾ ਦੇ ਭਾਦਸੋ ਵਿਖੇ ਸੰਗਤ ਦਰਸ਼ਨ ਲਈ ਪਹੁੰਚੇ ਸਨ। ਪੰਜਾਬ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅੱਜ ਭਾਦਸੋ ਇਲਾਕੇ ਵਿੱਚ ਪੁੱਜੇ, ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਦਾ ਹੱਲ ਕਰਨ ਦੇ ਆਦੇਸ਼ ਅਧਿਕਾਰੀਆਂ ਨੂੰ ਮੌਕੇ ਉੱਤੇ ਹੀ ਦਿੱਤੇ। ਇਸ ਦੌਰਾਨ SYL ਦੇ ਪਾਣੀ ਦੇ ਮੁੱਦੇ ਉੱਤੇ ਪੁੱਛੇ ਗਏ ਸਵਾਲ ਤੇ ਉਹਨਾਂ ਨੇ ਬੇਬਾਕੀ ਵੱਲੋਂ ਕਿਹਾ ਕਿ ਮੁੱਦਾ ਚਾਹੇ ਗਰਮਾਏ ਚਾਹੇ ਠੰਡਾ ਹੈ, ਲੇਕਿਨ ਪੰਜਾਬ ਦੇ ਕੋਲ ਕਿਸੇ ਨੂੰ ਵੀ ਦੇਣ ਲਈ ਪਾਣੀ ਹੀ ਨਹੀਂ ਹੈ ਤਾਂ ਦੇਣ ਦਾ ਤੇ ਸਵਾਲ ਹੀ ਨਹੀਂ ਉੱਠਦਾ। ਇਸ ਦੌਰਾਨ ਪੱਤਰਕਾਰਾਂ ਨੂੰ ਟੋਲ ਟੈਕਸ ਵਿੱਚ ਰਿਆਇਤ ਦੇਣ ਦੇ ਸਵਾਲ ਉੱਤੇ ਉਹਨਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਜੋ ਛੇਤੀ ਹੀ ਲਾਗੂ ਹੋਵੇਗੀ। ਇਹ ਫਰਜ਼ ਬਣਦਾ ਸਰਕਾਰ ਦਾ, ਕਣਕ ਆਉਣੀ ਸ਼ੁਰੂ ਹੋ ਗਈ ਤੇ ਅੱਜ ਸ਼ੁਰੂਆਤ ਕਰਾਈ ਹੈ ਤਾਂ ਕਿ ਕੋਈ ਕਿਸੇ ਕਿਸਾਨਾਂ ਨੂੰ ਮੰਡੀ 'ਚ ਕੋਈ ਦਿੱਕਤ ਨਾ ਆਵੇ, ਇਸ ਲਈ ਮੈਂ ਆਇਆ, ਚਾਲੂ ਕਰਾਇਆ ਕੰਮ। ਮੈਨੂੰ ਲੱਗਦਾ ਕਿ ਹਾਲੇ ਪਛਾਣ ਪੱਤਰ ਨਹੀਂ ਬਣੇ ਹੋਣੇ, ਜੋ ਮੈਨੂੰ ਲੱਗਦਾ ਕਿਹੜੀ ਕਿਹੜੀ ਕੈਟਾਗਰੀ ਨੂੰ ਮਾਫ਼ ਕੀਤਾ ਹੈ, ਕਿਹੜਾ ਕਿਹੜੀ ਨੂੰ ਨਹੀਂ ਕੀਤਾ ਹੈ। ਇਸ ਕਰਕੇ ਇਹ ਜਿਹੜੀ ਮਾੜੀ ਮੋਟੀ ਦਿੱਕਤ ਹੈ, ਸਰਕਾਰ ਜਲਦੀ ਇਸ ਨੂੰ ਦੂਰ ਕਰੂਗੀ। ਜੋ ਪੱਤਰਕਾਰ ਜਿਨ੍ਹਾਂ ਨੂੰ ਪਛਾਣ ਪੱਤਰ ਮਿਲਣਗੇ, ਜਿਨ੍ਹਾਂ ਨੇ ਮਾਫ਼ ਹੋਇਆ, ਤਾਂ ਉਹਨਾਂ ਨੂੰ ਫਿਰ ਕੋਈ ਰੋਕ ਨਹੀਂ ਸਕੇਗਾ। ਇੱਕ SYL ਦਾ ਮੁੱਦਾ ਜੀ ਦੁਬਾਰਾ ਫਿਰ ਗਰਮਾ ਰਿਹਾ ਜੀ, ਕਿ ਪੰਜਾਬ ਦਾ ਪਾਣੀ ਬਾਹਰ ਜਾਊਗਾ ਜਾਂ ਪੰਜਾਬ ਕੋਲ ਪਾਣੀ ਹੈ ਹੀ ਨਹੀਂ ਵਾਧੂ ਦੇਣ ਨੂੰ, ਤਾਂ ਗਰਮਾਈ ਜਾਵੇ ਸਰਦਾਈ ਜਾਵੇ ਜੋ ਮਰਜ਼ੀ ਹੋਵੇ, ਜੇ ਪਾਣੀ ਹੁੰਦਾ ਅਸੀਂ ਦੇਣਾ ਨਹੀਂ ਹੈ। ਇਸ ਮੌਕੇ ਮੰਤਰੀ ਧਰਮਸੋਤ ਨੇ ਭਾਦਸੋ ਅਨਾਜ ਮੰਡੀ ਦੀ ਖਰੀਦ ਵੀ ਸ਼ੁਰੂ ਕਰਵਾਈ ਅਤੇ ਆੜ੍ਹਤੀ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਨਾਭਾ ਤੋਂ ਸੁਖਚੈਨ ਲੁਬਾਣਾ, ਜੀਵੇ ਪੰਜਾਬ ਲਈ। ਹਮਸੇ ਪਹਿਲੇ ਕੋਈ ਕਰਕੇ ਦਿਖਾਏ, ਜਬ ਕਹੀਂ ਨਹੀਂ ਹੋ ਸਮਾਧਾਨ ਤੋ ਆਪਕੀ ਹਰ ਸਮੱਸਿਆ ਕਾ ਹੋਗਾ ਸਮਾਧਾਨ ਯਹਾਂ। ਨੋ ਫੀਸ ਨੋ ਚਾਰਜ, 11 ਘੰਟੋ ਮੇ 101% ਸਮਾਧਾਨ। ਸਪੈਸ਼ਲਿਸਟ ਕੀਆ ਕਰਾਇਆ, ਪ੍ਰੇਮ ਵਿਵਾਹ, ਸੌਤਨ ਕਾ ਦੁੱਖ, ਪ੍ਰੇਮ ਸੰਬੰਧ, ਮਨਚਾਹਾ ਪ੍ਰੇਮ ਵਿਵਾਹ, ਵਿਆਹ ਵਸ਼ੀਕਰਨ, ਨੌਕਰੀ ਯਾ ਕਾਰੋਬਾਰ। ਪੰਡਿਤ ਮਹਾਗੁਰੂ ਜੀ 9781464992 9779838723।